ਸਰਕਾਰ ਵੀ ਬਾਰ ਬਾਰ ਕਹਿ ਰਹੀ ਹੈ, ਅਸੀਂ 3 ਮੈਂਬਰੀ ਕਮੇਟੀ ਵੀ ਬਣਾ ਦਿੱਤੀ, ਅਸੀਂ ਇਸ 'ਤੇ ਕੁਛ ਨਾ ਕੁਛ ਕਰਾਂਗੇ, ਪਰ ਗੱਲ ਇਹ ਆਉਂਦੀ ਹੈ ਜਦੋਂ ਵੀ ਕੁਛ ਇਹੋ ਜਿਹਾ ਹੁੰਦਾ ਤਾਂ ਖਬਰਾਂ ਦਵਾਈਆਂ ਕਿਉਂ ਜਾਂਦੀਆਂ? ਅਫਸਰਾਂ ਤਮਾਸ਼ਾ ਹੀ ਬਣ ਜਾਣ ਉਲਟਾ, ਉੱਥੇ ਦੇ IPS ਜਿਹੜੇ ਨੇ ਮੁਸਲਮਾਨਾਂ ਨੂੰ ਜਾ ਕੇ ਕਹਿ ਰਹੇ ਕੋਈ ਗੱਲ ਨਹੀਂ, ਤੁਸੀਂ ਮਸਜਿਦਾਂ ਦੇ ਵਿੱਚ ਨਾ ਆਓ, ਆਪਣੇ ਘਰ ਦੇ ਅੰਦਰ ਰਹੋ। ਕੀ ਗੱਲ ਕੀ ਇੱਕ ਮੁਸਲਮਾਨ ਨੂੰ ਇਜਾਜ਼ਤ ਨਹੀਂ ਹੈ ਕਿ ਉਹ ਆਪਣੀ ਮਸਜਿਦ 'ਚ ਜਾਏ ਔਰ ਐਸੀ ਮਸਜਿਦ 'ਚ ਨਾ ਜਾਵੇ ਜਿਹਨੂੰ ਅੱਗ ਲਾ ਦਿੱਤੀ ਗਈ, ਜਿਹਨੂੰ ਫੂਕਣ ਦੀ ਤੁਸੀਂ ਕੋਸ਼ਿਸ਼ ਕਰਦੇ ਪਏ ਹੋ। ਅਸੀਂ ਬਾਰ ਬਾਰ ਬੋਲਦੇ ਹਾਂ ਕਿ ਸਾਡੇ ਫਲਾਣੇ ਭਰਾ ਦੇ ਨਾਲ ਜਿਹੜੀ ਬਾਹਰਲੇ ਮੁਲਕ 'ਚ ਜ਼ਿਆਦਤੀ ਹੋਈ ਉਹ ਨਹੀਂ ਹੋਣੀ ਚਾਹੀਦੀ। ਇਹ ਕੀ ਗੱਲ ਹੈ ਕਿ ਤ੍ਰਿਪੁਰਾ 'ਚ ਮਸਜਿਦਾਂ ਦੇ ਉੱਤੇ ਹਮਲਾ ਹੋ ਰਿਹਾ, ਪੂਰਾ ਮੁਲਕ ਚੁੱਪ ਹੈ। ਸਰਕਾਰ ਤਾਂ ਕਹਿ ਰਹੀ ਹੈ ਅਸੀਂ ਹੁਣ ਕਰ ਰਹੇ ਹਾਂ, 3 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ, ਕਹਿੰਦੇ ਕੁਛ ਨਾ ਕੁਛ ਫੈਸਲਾ ਲਵਾਂਗੇ। ਕੀ ਇਹ ਬੰਗਲਾਦੇਸ਼ ਵਾਂਗੂ ਕਰ ਰਹੇ ਨੇ? ਉੱਥੇ ਜਿਹੜਾ ਨੇ ਅੱਤਵਾਦ ਫੈਲਾਇਆ, ਜਿਹਨਾਂ ਲੋਕਾਂ ਨੇ ਹਿੰਦੂ ਮੰਦਰਾਂ ਦੇ ਉੱਤੇ ਹਮਲਾ ਕੀਤਾ ਸੀ, ਉਹਨਾਂ ਦੀ ਗ੍ਰਿਫਤਾਰੀਆਂ ਕੀਤੀਆਂ, ਕਈਆਂ ਨੂੰ ਫਾਂਸੀਆਂ ਦਾ ਐਲਾਨ ਹੋਇਆ, ਕੀ ਇਹ ਉੱਦਾਂ ਕਰ ਰਹੇ ਨੇ? ਇਹ ਸੋਚਦੇ ਵੀ ਚੁੱਪ ਰਵਾਂਗੇ ਤਾਂ ਸ਼ਾਇਦ ਕਿਸੇ ਨੂੰ ਪਤਾ ਨਹੀਂ ਲੱਗੇਗਾ, ਲੇਕਿਨ ਜਦ ਖੰਜਰ 'ਚੋਂ ਖੂਨ ਟਪਕਦਾ ਹੈ ਅਤੇ ਜ਼ੁਬਾਨ ਜਿਹੜੀ ਆ ਬੋਲਣ ਲੱਗ ਪੈਂਦੀ ਹੈ, ਪੂਰੇ ਵਿਸ਼ਵ ਦੇ ਵਿੱਚ ਤ੍ਰਿਪੁਰਾ ਦੀ ਵਜ੍ਹਾ ਨਾਲ ਅੱਜ ਭਾਰਤ ਦੀ ਬਦਨਾਮੀ। ਅਗਰ ਬੰਗਲਾਦੇਸ਼ ਦੇ ਵਿੱਚ ਕਿਸੇ ਬੰਦੇ ਨੇ ਕਿਸੇ ਮੁਤਵਾਰਕ ਮੰਦਰ ਨੂੰ ਨੁਕਸਾਨ ਪਹੁੰਚਾਇਆ ਅਤੇ ਉੱਥੇ ਦੇ ਮੁਸਲਮਾਨ ਜਿਹੜੇ ਨੇ ਉਹਨਾਂ ਨੇ ਸਭ ਤੋਂ ਵੱਡੀ ਰੈਲੀ ਉਹਨਾਂ ਲੋਕਾਂ ਦੇ ਖਿਲਾਫ਼ ਕੱਢੀ ਜਿਹੜੇ ਮੁਸਲਮਾਨਾਂ ਨੇ ਮੰਦਰ 'ਤੇ ਹਮਲਾ ਕੀਤਾ ਉਹਨਾਂ ਦੇ ਖਿਲਾਫ਼। ਭਾਰਤ ਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਕਿ ਮਸਜਿਦਾਂ ਦੇ ਉੱਤੇ ਤੁਸੀਂ ਬਾਰ ਬਾਰ ਹਮਲਾ ਕਰ ਰਹੇ ਹੋ ਅਤੇ ਤੁਹਾਡੀ ਜ਼ੁਬਾਨ ਤੱਕ ਨਹੀਂ ਨਿਕਲਦੀ ਪਈ। ਉਸ ਪ੍ਰੋਟੈਸਟ 'ਚ ਹਿੰਦੂ ਭਰਾਵਾਂ ਦੇ ਨਾਲ ਲੱਖਾਂ ਮੁਸਲਮਾਨ ਮੌਜੂਦ ਹੈ ਜਿਹੜੇ ਬਾਰ ਬਾਰ ਕਹਿ ਰਹੇ ਕਿ ਰਾਸ਼ਟਰ ਦਾ ਕੋਈ ਧਰਮ ਨਹੀਂ ਹੁੰਦਾ। ਉਹ ਬੰਗਾਲੀ ਸੁਣ ਤਾਂ ਲਓ, ਕਹਿੰਦੇ ਕੀ ਹੈ? ਜਿਹੜੇ ਸਾਡੇ ਦੇਸ਼ ਦੇ ਹਿੰਦੂ ਭਰਾ ਨੇ, ਸਿੱਖ ਭਰਾ ਨੇ, ਦਲਿਤ ਭਰਾ ਨੇ, ਬਾਲਮੀਕੀ ਭਰਾ ਨੇ, ਲੰਗਤ ਭਰਾ ਨੇ, ਈਸਾਈ ਭਰਾ ਨੇ, ਜੈਨੀ, ਇਹ ਵੀ ਦੇਖਦੇ ਪਏ ਨੇ ਵੀ ਕੀ ਤਮਾਸ਼ਬੀਨੀ ਕਰਦੇ ਪਏ ਹੋ ਤੁਸੀਂ। ਹੈਰਤ ਦੀ ਗੱਲ ਹੈ ਕਿ ਜਿਸ ਬੰਗਲਾਦੇਸ਼ ਨੂੰ ਅਸੀਂ ਬਣਾਇਆ ਉਹ ਸਾਨੂੰ ਅੱਜ ਕੌਮੀ ਏਕਤਾ ਦਾ ਪੈਗਾਮ ਦੇ ਰਿਹਾ, ਉਹ ਉਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕਰ ਰਿਹਾ ਜਿਨ੍ਹਾਂ ਨੇ ਮੰਦਰਾਂ 'ਤੇ ਹਮਲਾ ਕੀਤਾ। ਇਹ ਦੇਸ਼ ਜਿਹਨੇ ਬੰਗਲਾਦੇਸ਼ ਦੀ ਨੀਂਹ ਰੱਖੀ, ਜਿਹਨੇ ਬੰਗਲਾਦੇਸ਼ ਨੂੰ ਦੱਸਿਆ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨਿਭਾਉਣ ਵਾਲਾ ਦੇਸ਼ ਹੈ, ਇਹ ਮਸਜਿਦਾਂ 'ਤੇ ਆਪ ਖੜ੍ਹ ਕੇ ਹਮਲਾ ਕਰਾ ਰਹੇ, ਇਹਨਾਂ ਨੂੰ ਸ਼ਰਮ ਕੇ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਦੇ ਨਾਲ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਵਰਜੋਤ ਸਿੰਘ। ਪਿਛਲੇ ਦਿਨ ਤੁਹਾਨੂੰ ਪਤਾ ਹੀ ਹੋਏਗਾ ਜ਼ਰੂਰ, ਮੀਡੀਆ 'ਚ ਇਹੋ ਜਿਹੀਆਂ ਖਬਰਾਂ ਲੁਕਾ ਦਿੱਤੀਆਂ ਜਾਂਦੀਆਂ, ਛੁਪਾ ਦਿੱਤੀਆਂ ਜਾਂਦੀਆਂ, ਦਬਾ ਦਿੱਤੀਆਂ ਜਾਂਦੀਆਂ ਵੀ ਇਹੋ ਜਿਹੀਆਂ ਖਬਰਾਂ ਨਾ ਆਉਣ, ਪਰ ਸੱਚ ਲੁਕਦਾ ਨਹੀਂ ਹੈ। ਤ੍ਰਿਪੁਰਾ 'ਚ ਇੱਕ ਮਸਜਿਦ 'ਤੇ ਪਿਛਲੇ 6 ਦਿਨਾਂ ਤੋਂ ਹਮਲਾ ਹੋ ਰਿਹਾ। ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਰੂਆਤ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਨਰਿੰਦਰ ਮੋਦੀ ਬੰਗਲਾਦੇਸ਼ ਜਾਂਦੇ ਆ, ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੁੰਦਾ, ਉਸ ਤੋਂ ਬਾਅਦ ਉੱਥੇ ਵੀ ਕਿਸੇ ਮੰਦਰ 'ਤੇ ਹਮਲਾ ਹੁੰਦਾ ਅਤੇ ਮੰਦਰ 'ਤੇ ਹਮਲਾ ਹੋਣ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਤ੍ਰਿਪੁਰਾ ਦੇ ਵਿੱਚ ਮਸਜਿਦ 'ਚ ਹਮਲਾ ਹੁੰਦਾ। ਗੱਲ ਇਹ ਆਉਂਦੀ ਹੈ ਵੀ ਧਰਮ ਨਿਰਪੱਖ ਦੇਸ਼ ਜ਼ਰੂਰ ਕਿਹਾ ਜਾਂਦਾ, ਪਰ ਧਰਮਾਂ ਦੇ ਨਾਂ 'ਤੇ ਕਿੱਦਾਂ ਵੰਡੀਆਂ ਪਾਈਆਂ ਜਾ ਰਹੀਆਂ ਇਹ ਇਸ ਇੰਸੀਡੈਂਟ ਤੋਂ ਪਤਾ ਲੱਗਦਾ ਹੈ। ਅਤੇ ਸਾਡੇ ਨਾਲ ਇਸ ਸਮੇਂ ਗੱਲਬਾਤ ਕਰਨ ਲਈ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਜੋ ਕਿ ਸ਼ਾਹੀ ਇਮਾਮ ਪੰਜਾਬ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ 'ਤੇ ਉਹ ਸਾਡੇ ਨਾਲ ਗੱਲਬਾਤ ਕਰਨਗੇ। ਜਿਵੇਂ ਕਿ ਮੈਂ ਸ਼ੁਰੂਆਤ 'ਚ ਹੀ ਕਿਹਾ ਵੀ ਧਰਮਾਂ ਦੇ ਨਾਂ 'ਤੇ ਵੰਡੀਆਂ ਪਾਈਆਂ ਜਾ ਰਹੀਆਂ ਨੇ, ਇਹ ਗੱਲ ਹੁੰਦੀ ਹੈ ਤ੍ਰਿਪੁਰਾ 'ਚ ਪਿਛਲੇ 6 ਦਿਨਾਂ ਤੋਂ। ਅਸੀਂ ਵੀ ਮੀਡੀਆ 'ਚ ਸੁਣ ਰਹੇ ਹਾਂ ਵੀ ਪਿਛਲੇ 6 ਦਿਨਾਂ ਤੋਂ ਇੱਕ ਮਸਜਿਦ 'ਤੇ ਹਮਲਾ ਹੋ ਰਿਹਾ, ਪਰ ਖਬਰਾਂ ਦੱਬ ਰਹੀਆਂ, ਉੱਥੇ ਦੀ ਮੀਡੀਆ ਵੀ ਦਬਾਈ ਜਾ ਰਹੀ ਹੈ, ਜ਼ਰੂਰ ਸਰਕਾਰ ਵੀ ਕਹਿ ਰਹੀ ਹੈ, ਸਰਕਾਰ ਵੀ ਬਾਰ ਬਾਰ ਕਹਿ ਰਹੀ ਹੈ। ਅਸੀਂ 3 ਮੈਂਬਰੀ ਕਮੇਟੀ ਵੀ ਬਣਾ ਦਿੱਤੀ, ਅਸੀਂ ਇਸ 'ਤੇ ਕੁਛ ਨਾ ਕੁਛ ਕਰਾਂਗੇ, ਪਰ ਗੱਲ ਇਹ ਆਉਂਦੀ ਹੈ ਜਦੋਂ ਵੀ ਕੁਛ ਇਹੋ ਜਿਹਾ ਹੁੰਦਾ ਤਾਂ ਖਬਰਾਂ ਦਬਾਈਆਂ ਕਿਉਂ ਜਾਂਦੀਆਂ? ਬਿਸਮਿਲ੍ਲਾ ਰਹਿਮਾਨ ਰਹੀਮ, ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਅਤੇ ਨਿਹਾਇਤ ਰਹਿਮ ਕਰਨ ਵਾਲਾ ਹੈ। ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਇੱਕ ਵਾਰ ਫਿਰ ਪ੍ਰੋਟੈਸਟ ਹੋਇਆ, ਔਰ ਐਤਕੀ ਪ੍ਰੋਟੈਸਟ ਕਰਨ ਦਾ ਮਕਸਦ ਤ੍ਰਿਪੁਰਾ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਪਿਛਲੇ 1 ਹਫ਼ਤੇ ਤੋਂ ਲਗਾਤਾਰ ਇੱਕ ਮਸਜਿਦ ਨਹੀਂ ਉੱਥੇ ਦੀ ਕਈ ਮਸਜਿਦਾਂ ਦੇ ਉੱਪਰ ਲਗਾਤਾਰ ਹਮਲਾ ਹੋਇਆ, ਅੱਗ ਲਾਈ ਗਈ ਹੈ, ਉੱਥੇ ਨੁਕਸਾਨ ਪਹੁੰਚਾਇਆ ਗਿਆ। ਔਰ ਹੈਰਤ ਦੀ ਗੱਲ ਹੈ ਕਿ ਉੱਥੇ ਦੀ ਜਿਹੜੀ ਪੁਲਿਸ ਹੈ ਔਰ ਗੌਰਮੈਂਟ ਜਿਹੜੀ ਆ ਉਹ ਖਾਮੋਸ਼ ਤਮਾਸ਼ਾ ਹੀ ਬਣ ਕੇ ਸਾਹਮਣੇ ਖੜ੍ਹੀ ਹੋ ਕੇ ਤਮਾਸ਼ਾ ਦੇਖ ਰਹੀ ਹੈ। ਔਰ ਸਾਡਾ ਜਿਹੜਾ ਨੈਸ਼ਨਲ ਗੋਦੀ ਮੀਡੀਆ ਜਿਹਨੇ ਠੇਕਾ ਲਿੱਤਾ ਪੂਰੀ ਦੁਨੀਆ ਦਾ ਕਿ ਜਿੱਥੇ ਵੀ ਕੁਝ ਹੋਊਗਾ ਅਸੀਂ ਤੁਹਾਨੂੰ ਦੱਸਾਂਗੇ,
ਉਹਨੇ ਆਪਣੀਆਂ ਅੱਖਾਂ ਮੂੰਹ ਲਈਆਂ, ਉਹ ਕਹਿੰਦਾ ਕੋਈ ਗੱਲ ਨਹੀਂ, ਇੱਥੇ ਤਾਂ ਘੱਟ ਗਿਣਤੀਆਂ ਦੀਆਂ ਮਸਜਿਦਾਂ ਚੱਲ ਰਹੀਆਂ, ਇਹਦੀ ਗੱਲ ਕਰਨ ਦੀ ਲੋੜ ਨਹੀਂ ਹੈ। ਅਤੇ ਮੈਂ ਇਹ ਕਹਿਣਾ ਚਾਹੁੰਦਾ ਤ੍ਰਿਪੁਰਾ ਦੀ ਸਰਕਾਰ ਨੂੰ ਕਿ ਆਖਿਰ ਕਿੰਨਾ ਕੁ ਜ਼ੁਲਮ ਕਰੋਗੇ? ਜ਼ੁਲਮ ਜਿਹੜਾ ਉਹ ਛੁਪਦਾ ਨਹੀਂ ਹੁੰਦਾ, ਤੁਹਾਡੀ ਵਜ੍ਹਾ ਨਾਲ ਭਾਰਤ ਦੀ ਬਦਨਾਮੀ ਪੂਰੇ ਵਿਸ਼ਵ 'ਚ ਹੋ ਰਹੀ ਹੈ। ਪੂਰੇ ਵਿਸ਼ਵ 'ਚ ਲੋਕ ਪੁੱਛ ਰਹੇ ਕਿ ਤ੍ਰਿਪੁਰਾ 'ਚ ਮਸਜਿਦਾਂ ਕਿਉਂ ਚੱਲ ਰਹੀਆਂ। ਅਗਰ ਬੰਗਲਾਦੇਸ਼ ਦੇ ਵਿੱਚ ਕਿਸੇ ਬੰਦੇ ਨੇ ਕਿਸੇ ਮੁਤਵਾਰਕ ਮੰਦਰ ਨੂੰ ਨੁਕਸਾਨ ਪਹੁੰਚਾਇਆ, ਅਤੇ ਉੱਥੇ ਦੇ ਮੁਸਲਮਾਨ ਜਿਹੜੇ ਨੇ ਉਹਨਾਂ ਨੇ ਸਭ ਤੋਂ ਵੱਡੀ ਰੈਲੀ ਉਹਨਾਂ ਲੋਕਾਂ ਦੇ ਖਿਲਾਫ਼ ਕੱਢੀ ਜਿਹੜੇ ਮੁਸਲਮਾਨਾਂ ਨੇ ਮੰਦਰ 'ਤੇ ਹਮਲਾ ਕੀਤਾ ਉਹਨਾਂ ਦੇ ਖਿਲਾਫ਼। ਭਾਰਤ ਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਕਿ ਮਸਜਿਦਾਂ ਦੇ ਉੱਤੇ ਤੁਸੀਂ ਵਾਰ ਵਾਰ ਹਮਲਾ ਕਰ ਰਹੇ ਹੋ ਅਤੇ ਤੁਹਾਡੀ ਜ਼ੁਬਾਨ ਤੱਕ ਨਹੀਂ ਨਿਕਲਦੀ ਪਈ। ਕਸ਼ਮੀਰ ਦੇ ਪੰਡਿਤਾਂ ਨੂੰ ਅਗਰ ਕੁਛ ਹੁੰਦਾ ਹੈ, ਮੁਸਲਮਾਨ ਅੱਗੇ ਵੱਧ ਕੇ ਮਸਜਿਦਾਂ 'ਚੋਂ ਐਲਾਨ ਕਰਦੇ ਕਿ ਅਸੀਂ ਆਪਣੇ ਪੰਡਿਤ ਭਰਾਵਾਂ ਦੇ ਨਾਲ, ਅਗਰ ਕਿਤੇ ਕੋਈ ਸਿੱਖ ਭਰਾਵਾਂ ਨੂੰ ਤਕਲੀਫ਼ ਹੁੰਦੀ ਅਸੀਂ ਉਹਨਾਂ ਦੇ ਨਾਲ ਖੜ੍ਹਦੇ ਹਾਂ, ਸਾਨੂੰ ਤਕਲੀਫ਼ ਹੁੰਦੀ ਉਹ ਸਾਡੇ ਨਾਲ ਖੜ੍ਹਦੇ ਨੇ। ਇਹ ਡੈਮੋਕਰੇਟਿਕ ਮੁਲਕ ਹੈ, ਡੈਮੋਕਰੇਟਿਕ ਮੁਲਕ ਦੇ ਵਿੱਚ ਸਰਕਾਰ ਤਮਾਸ਼ਾ ਹੀ ਬਣ ਜਾਏ, ਅਫਸਰਾਨ ਤਮਾਸ਼ਾ ਹੀ ਬਣ ਜਾਣ, ਉਲਟਾ ਉੱਥੇ ਦੇ IPS ਜਿਹੜੇ ਨੇ ਮੁਸਲਮਾਨਾਂ ਨੂੰ ਜਾ ਕੇ ਕਹਿ ਰਹੇ ਕੋਈ ਗੱਲ ਨਹੀਂ ਤੁਸੀਂ ਮਸਜਿਦਾਂ ਦੇ ਵਿੱਚ ਨਾ ਆਓ, ਆਪਣੇ ਘਰ ਦੇ ਅੰਦਰ ਰਹੋ। ਕੀ ਗੱਲ ਕਿ ਇੱਕ ਮੁਸਲਮਾਨ ਨੂੰ ਇਜਾਜ਼ਤ ਨਹੀਂ ਹੈ ਕਿ ਉਹ ਆਪਣੀ ਮਸਜਿਦ 'ਚ ਜਾਏ, ਔਰ ਐਸੀ ਮਸਜਿਦ 'ਚ ਨਾ ਜਾਵੇ ਜਿਹਨੂੰ ਅੱਗ ਲਾ ਦਿੱਤੀ ਗਈ, ਜਿਹਨੂੰ ਫੂਕਣ ਦੀ ਤੁਸੀਂ ਕੋਸ਼ਿਸ਼ ਕਰਦੇ ਪਏ ਹੋ? ਬੜੀ ਮਦਭਾਗੀ ਗੱਲ ਹੈ ਸਰਕਾਰ ਨੂੰ, ਕਿਉਂਕਿ ਮੈਮੋਰੈਂਡਮ ਦੇਣ ਦਾ ਫਾਇਦਾ ਨਹੀਂ। ਸਰਕਾਰ ਨੇ ਤਾਂ ਐਨਕ ਬਾਲੀ ਫਿਰਕਾ ਪ੍ਰਸਤੀ ਦੀ, ਹੁਣ ਤਾਂ ਸਰਕਾਰ ਚੱਲਦੀ ਹੈ ਵੋਟਾਂ ਦੇ ਆਧਾਰ ਦੇ ਉੱਤੇ। ਪਹਿਲਾਂ ਸਰਕਾਰ ਚੱਲਦੀ ਹੁੰਦੀ ਸੀਗੀ ਕਾਨੂੰਨ ਦੇ ਆਧਾਰ 'ਤੇ, ਕਾਨੂੰਨ 'ਚ ਸਾਰੇ ਇੱਕ ਬਰਾਬਰ, ਹੁਣ ਸਰਕਾਰ ਚੱਲਦੀ ਹੈ ਵੋਟਾਂ ਦੇ ਆਧਾਰ 'ਤੇ। ਦੁਬਈ 'ਚ ਚਲੇ ਜਾਓ, ਸਰਕਾਰ ਕਾਨੂੰਨ ਦੇ ਆਧਾਰ 'ਤੇ ਚੱਲਦੀ ਪਈ ਹੈ, ਉੱਥੇ ਹਿੰਦੂ ਕੰਮ ਕਰਨ ਵਾਲੇ ਦੀ ਗਿਣਤੀ ਵਧੀ, ਉਹਨਾਂ ਨੇ ਕਿਹਾ ਸਾਨੂੰ ਮੰਦਰ ਚਾਹੀਦਾ। ਇਸਲਾਮੀ ਮੁਲਕ ਦੇ ਵਿੱਚ ਬਕਾਇਦਾ ਬਿਹਤਰੀਨ ਖੂਬਸੂਰਤ ਮੰਦਰ ਲਈ ਜਗ੍ਹਾ ਅਲਾਟ ਕੀਤੀ ਗਈ। ਪਿੱਛੇ ਪਾਕਿਸਤਾਨ ਦੇ ਵਿੱਚ ਜਦ ਇੱਕ ਮੰਦਰ 'ਤੇ ਹਮਲਾ ਹੋਇਆ, ਹਾਈ ਕੋਰਟ ਨੇ ਉਹ ਸਾਰੇ ਬੰਦੇ ਫੜਨ ਦਾ ਆਰਡਰ ਦਿੱਤਾ। 30 ਲੱਖ ਰੁਪਏ ਜੁਰਮਾਨਾ ਉਹਨਾਂ ਲੋਕਾਂ 'ਤੇ ਕੀਤਾ ਗਿਆ ਜਿਨ੍ਹਾਂ ਨੇ ਉਸ ਮੁਤਬਾਰਕ ਮੰਦਰ ਨੂੰ ਨੁਕਸਾਨ ਪਹੁੰਚਾਇਆ ਗਿਆ। ਅਸੀਂ ਵਾਰ ਵਾਰ ਬੋਲਦੇ ਹਾਂ ਕਿ ਸਾਡੇ ਫਲਾਣੇ ਭਰਾ ਦੇ ਨਾਲ ਜਿਹੜੀ ਬਾਹਰਲੇ ਮੁਲਕ 'ਚ ਜ਼ਿਆਦਤੀ ਹੋਈ ਉਹ ਨਹੀਂ ਹੋਣੀ ਚਾਹੀਦੀ। ਇਹ ਕੀ ਗੱਲ ਹੈ ਕਿ ਤ੍ਰਿਪੁਰਾ 'ਚ ਮਸਜਿਦਾਂ ਦੇ ਉੱਤੇ ਹਮਲਾ ਹੋ ਰਿਹਾ, ਪੂਰਾ ਮੁਲਕ ਚੁੱਪ ਹੈ, ਮੀਡੀਆ ਚੁੱਪ ਹੈ? ਇਹ ਸੋਚਦੇ ਵੀ ਚੁੱਪ ਰਹਾਂਗੇ ਤਾਂ ਸ਼ਾਇਦ ਕਿਸੇ ਨੂੰ ਪਤਾ ਨਹੀਂ ਲੱਗੇਗਾ, ਲੇਕਿਨ ਜਦ ਖੰਜਰ 'ਚੋਂ ਖੂਨ ਟਪਕਦਾ ਹੈ ਤਾਂ ਜ਼ੁਬਾਨ ਜਿਹੜੀ ਹੈ ਬੋਲਣ ਲੱਗ ਪੈਂਦੀ ਹੈ। ਪੂਰੇ ਵਿਸ਼ਵ ਦੇ ਵਿੱਚ ਤ੍ਰਿਪੁਰਾ ਦੀ ਵਜ੍ਹਾ ਨਾਲ ਅੱਜ ਭਾਰਤ ਦੀ ਬਦਨਾਮੀ ਹੋ ਰਹੀ ਹੈ। ਸਰਕਾਰ ਤਾਂ ਕਹਿ ਰਹੀ ਹੈ ਅਸੀਂ ਹੁਣ ਕਰ ਰਹੇ ਹਾਂ, 3 ਮੈਂਬਰੀ ਕਮੇਟੀ ਵੀ ਬਣਾਤੀ ਹੈ, ਕਹਿੰਦੇ ਕੁਛ ਨਾ ਕੁਛ ਫੈਸਲਾ ਲਵਾਂਗੇ। ਕੀ ਇਹ ਬੰਗਲਾਦੇਸ਼ ਵਾਂਗੂ ਕਰ ਰਹੇ ਨੇ? ਉੱਥੇ ਜਿਹੜਾ ਨੇ ਅੱਤਵਾਦ ਫੈਲਾਇਆ, ਜਿਹਨਾਂ ਲੋਕਾਂ ਨੇ ਹਿੰਦੂ ਮੰਦਰਾਂ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਦੀ ਗ੍ਰਿਫਤਾਰੀਆਂ ਕੀਤੀਆਂ, ਕਈਆਂ ਨੂੰ ਫਾਂਸੀਆਂ ਦਾ ਐਲਾਨ ਹੋਇਆ, ਕਿ ਇਹ ਉੱਦਾਂ ਕਰ ਰਹੇ ਨੇ ਕਿ ਜਿੱਦਾਂ ਉਸ ਇਸਲਾਮੀ ਮੁਲਕ ਦੇ ਵਿੱਚ ਨਾਲ ਖੜੀ ਉੱਥੇ ਦੀ ਸਰਕਾਰ, ਪੂਰੀ ਮੁਖਾਲਫਤ ਦੇ ਬਾਵਜੂਦ ਪੂਰੀ ਸ਼ਾਨ ਸ਼ੌਕਤ ਨਾਲ ਸਾਡੇ ਪ੍ਰਧਾਨ ਮੰਤਰੀ ਦਾ ਉੱਥੇ ਸਨਮਾਨ ਕੀਤਾ ਗਿਆ, ਸਵਾਗਤ ਕੀਤਾ ਗਿਆ, ਔਰ ਵਿਰੋਧ ਕਰਨ ਵਾਲਿਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਕਿ ਉੱਦਾਂ 3 ਮੈਂਬਰੀ ਕਮੇਟੀ ਕਰਦੀ ਪਈ ਹੈ ਕਿ ਉਹ ਲੋਕ ਫੜ ਲਏ ਜਿਨ੍ਹਾਂ ਨੇ ਮਸਜਿਦਾਂ ਨੂੰ ਅੱਗਾਂ ਲਾਈਆਂ ਜਾ ਕੇ, ਜਿਨ੍ਹਾਂ ਨੇ ਨਜਾਇਜ਼ ਲੋਕਾਂ ਦੇ ਨਾਲ ਧੱਕਾ ਕੀਤਾ? ਤਮਾਸ਼ਬੀਨੀ ਕਰ ਰਹੀ ਹੈ ਸਰਕਾਰ, ਉੱਥੇ ਦੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹਰ ਹਾਲਤ ਦੇ ਵਿੱਚ। ਲੱਗਦਾ ਵੀ ਬਾਅਦ 'ਚੋਂ ਕੁਛ ਹੋਰ ਤਸਵੀਰਾਂ, ਜ਼ਰੂਰ ਹੁਣ ਤਸਵੀਰਾਂ ਨਹੀਂ ਆ ਰਹੀਆਂ, ਜਿਵੇਂ ਕਿਸਾਨੀ ਅੰਦੋਲਨ ਦੀਆਂ ਇਹਨਾਂ ਨੇ ਦੂਜੀਆਂ ਤਸਵੀਰਾਂ ਦਿਖਾਤੀਆਂ, ਹੁਣ ਇਹਦੀਆਂ ਵੀ ਕੋਈ ਦੂਜੀਆਂ ਤਸਵੀਰਾਂ ਤਿਆਰ ਹੋ ਰਹੀਆਂ ਹੋਣਗੀਆਂ, ਉਹ ਆ ਕੇ ਦਿਖਾਣਗੇ। ਦੇਖੋ, ਸਿਆਸਤ ਆਪਣੇ ਨੀਚੇ ਵਾਲੇ ਪਾਏਦਾਨ 'ਤੇ ਪਹੁੰਚ ਚੁੱਕੀ ਹੈ ਇਸ ਵੇਲੇ ਸਾਡੇ ਦੇਸ਼ ਦੀ ਸਿਆਸਤ ਜਿਹੜੀ। ਅਸੀਂ ਰੋ ਰਹੇ ਹਾਂ ਕਿ ਵੀ ਸਾਡੇ ਨਾਲ ਧੱਕਾ ਹੋ ਗਿਆ, ਅਤੇ ਕੱਲ੍ਹ ਨੂੰ ਹੀ ਲਓ ਵਟਸਐਪ 'ਤੇ ਕੁਛ ਨਾ ਕੁਛ ਉੱਥੋਂ ਆ ਜਾਣਾ ਕਿ ਜੀ ਨਹੀਂ, ਧੱਕਾ ਨਹੀਂ ਹੋਇਆ ਸੀ, ਇਹਨਾਂ ਨੇ ਆਹ ਕੀਤਾ ਸੀ। ਡੁਪਲੀਕੇਟ ਜਿਹੜਾ IT ਸੈੱਲ ਹੈ ਉਹ ਹਰੇਕ ਕੌਮ ਦੇ ਖਿਲਾਫ਼, ਧਰਮ ਦੇ ਖਿਲਾਫ਼, ਲੋਕਾਂ ਦੇ ਖਿਲਾਫ਼ ਬਕਾਇਦਾ ਪੋਸਟਾਂ ਬਣਾ ਬਣਾ ਕੇ ਪਾ ਰਿਹਾ। ਸਰਕਾਰ ਤਮਾਸ਼ਬੀਨੀ ਕਰ ਰਹੀ ਹੈ। ਤਮਾਸ਼ਬੀਨੀ ਕਿਉਂ ਕਰ ਰਹੀ? ਸਰਕਾਰ ਨੇ ਆਪ ਬੰਦੇ ਲਾਏ, ਸਰਕਾਰ ਨੇ ਆਪ ਕਰਤਾ ਕਿ ਨਹੀਂ ਤੁਸੀਂ ਇਹਨਾਂ ਨੂੰ ਲੜਾਓ, ਪਾਲੋ ਅਤੇ ਰਾਜ ਕਰੋ। ਕਦ ਤੱਕ ਰਾਜ ਕਰਨਾ? ਇਹ ਪੂਰੇ ਦੇਸ਼ ਦੇ ਲੋਕ ਦੇਖ ਰਹੇ ਨੇ, ਜਿਹੜੇ ਸਾਡੇ ਦੇਸ਼ ਦੇ ਹਿੰਦੂ ਭਰਾ ਨੇ, ਸਿੱਖ ਭਰਾ ਨੇ, ਦਲਿਤ ਭਰਾ ਨੇ, ਬਾਲਮੀਕੀ ਭਰਾ ਨੇ, ਲੰਗਤ ਭਰਾ ਨੇ, ਈਸਾਈ ਭਰਾ ਨੇ, ਜੈਨੀ, ਇਹ ਵੀ ਦੇਖਦੇ ਪਏ ਨੇ ਵੀ ਕੀ ਤਮਾਸ਼ਬੀਨੀ ਕਰਦੇ ਪਏ ਹੋ ਤੁਸੀਂ। ਇਹ ਨਹੀਂ ਗੱਲ, ਮੈਂ ਮੰਨਦਾ ਅੱਜ ਰਾਜ ਹੈਗਾ, ਠੀਕ ਹੈ, ਸੱਤਾ ਦੇ ਵਿੱਚ ਹੈ ਸਰਕਾਰ, ਸੱਤਾ ਵਾਲੇ ਕੁਛ ਵੀ ਕਰ ਲੈਂਦੇ ਹੁੰਦੇ, ਬਾਕੀ ਲੋਕ ਚੁੱਪ ਹੋ ਜਾਂਦੇ, ਲੇਕਿਨ ਜਦ ਕਿਸੇ ਨਾਲ ਧੱਕਾ ਕਰੋਗੇ ਉਹ ਰੋਏਗਾ, ਉਹਦੇ ਰੋਣ ਦੀ ਆਵਾਜ਼ ਬਾਹਰ ਤੱਕ ਜਾਏਗੀ। ਕਿੰਨੇ ਦਿਨ ਤੱਕ ਲੁਕਾਓਗੇ? ਦੁਨੀਆ ਨੂੰ ਪਤਾ ਲੱਗੇਗਾ ਕਿ ਤੁਸੀਂ ਆਪਣੇ ਮੁਲਕ ਦੇ ਵਿੱਚ ਕੀ ਕਰ ਰਹੇ ਹੋ, ਔਰ ਜਦ ਆਪਣੇ ਮੁਲਕ ਦੀ ਬਦਨਾਮੀ ਕਰਾਓਗੇ, ਇਹਦੀ ਬਦਨਾਮੀ ਦੀ ਵਜ੍ਹਾ ਜਿਹੜੀ ਹੈ ਇਹੀ ਸਰਕਾਰਾਂ ਬਣਨਗੀਆਂ ਜਿਹੜੀਆਂ ਅੱਜ ਸੱਤਾ ਦੇ ਵਿੱਚ ਬੈਠੀਆਂ। ਇਹ ਨਹੀਂ ਲੱਗਦਾ ਵੀ ਪਿਛਲੇ ਕੁਛ ਸਾਲਾਂ ਤੋਂ ਦੇਖਿਆ ਜਾਵੇ ਇਹੋ ਜਿਹੀਆਂ ਤਸਵੀਰਾਂ ਹੋ ਗਈਆਂ ਜਾਂ ਕੋਈ ਵੀ ਇਹੋ ਜਿਹੀਆਂ ਵੀਡੀਓਜ਼ ਜ਼ਿਆਦਾ ਵਾਇਰਲ ਹੋਣ ਲੱਗ ਗਈਆਂ ਫੇਸਬੁੱਕ 'ਤੇ, ਯੂਟਿਊਬ 'ਤੇ, ਵੀ ਇੱਕ ਦੂਜੇ ਦੇ ਖਿਲਾਫਤ ਗੱਲਾਂ ਹੋਣ ਹੀ ਲੱਗ ਗਈਆਂ, ਲਗਾਤਾਰ ਹੀ ਹੁੰਦੀਆਂ ਰਹਿ ਰਹੀਆਂ। ਪਹਿਲਾਂ ਇੱਦਾਂ ਹੁੰਦਾ ਰਿਹਾ ਸੀ ਜੇ ਕੋਈ ਇੱਦਾਂ ਦੀ ਗੱਲ ਹੁੰਦੀ ਸੀਗੀ, ਗੌਰਮੈਂਟ ਕੁਇਕ ਐਕਸ਼ਨ ਲੈ ਕੇ ਬੰਦਾ ਫੜ ਲੈਂਦੀ ਸੀ, ਉਹਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਸੀ, ਅਦਾਲਤ ਭੇਜ ਦਿੱਤਾ ਜਾਂਦਾ ਸੀ। ਹੁਣ ਪ੍ਰੋਟੈਕਸ਼ਨ ਦੇ ਦਿੰਦੇ ਨਾਲ ਹੀ ਕਿ ਬਸ ਠੀਕ ਹੈ, ਤੁਸੀਂ ਫਲਾਨੀ ਕੌਮ ਦੇ ਖਿਲਾਫ਼ ਬੋਲਿਓ, ਕੋਈ ਨਹੀਂ, ਤੁਹਾਨੂੰ 20-25 ਬੰਦੇ ਨਾਲ ਦਿੰਦੇ ਅਤੇ ਤੁਸੀਂ ਬੋਲਦੇ ਹੀ ਰਹੋ।
ਹੁਣ ਤਾਂ ਮਸਲਾ ਸਿਆਸਤ ਦੇ ਉੱਤੇ ਆ ਗਿਆ, ਲੀਡਰੀ ਦੇ ਉੱਤੇ ਆ ਗਿਆ, ਦੌਲਤ ਦਾ ਵਿੱਚ ਦਖਲ ਆ ਗਿਆ, ਅਤੇ ਮੈਂ ਸਮਝਦਾ ਕਿ ਇਹ ਤਸਵੀਰ ਬੁਰੀ ਤਸਵੀਰ ਹੈ ਜਿਹੜੀ ਇਹ ਪੇਸ਼ ਕਰਦੇ ਪਏ। ਭਾਰਤ ਦੀ ਤਸਵੀਰ ਤਾਂ ਬੜੀ ਖੂਬਸੂਰਤ ਤਸਵੀਰ ਹੈ, ਇੱਥੇ ਤਾਂ ਰਾਜਗੁਰੂ ਸੁਖਦੇਵ ਨੇ ਇਕੱਠਿਆਂ ਫਾਂਸੀ ਦਾ ਫੰਦਾ ਚੁੰਮਿਆ, ਇੱਥੇ ਤਾਂ ਹਿੰਦੂ ਸਿੱਖ ਮੁਸਲਮਾਨਾਂ ਨੇ ਇਕੱਠੇ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਾਈ ਲੜੀ ਹੈ। ਇਹ ਉਹ ਧਰਤੀ ਹੈ ਜਿੱਥੇ ਹਰੇਕ ਧਰਮ ਔਰ ਜ਼ਾਤ ਔਰ ਬਰਾਦਰੀ ਦੇ ਲੋਕ ਖੜ੍ਹੇ ਹੋ ਕੇ ਜਨਰਲ ਡਾਇਰ ਦੇ ਸਾਹਮਣੇ ਕਹਿੰਦੇ ਰਹੇ ਕਿ ਅਸੀਂ ਆਪਣੇ ਦੇਸ਼ ਦੇ ਲਈ ਕੁਰਬਾਨ ਹੋਣ ਦੇ ਲਈ ਤਿਆਰ। ਇਹ ਜਿਹੜੀ ਤਸਵੀਰ ਪੇਸ਼ ਕਰਦੇ ਪਏ ਨੇ, ਇਹ ਜਿਹੜੀ ਗੋਦੀ ਮੀਡੀਆ ਤਸਵੀਰ ਪੇਸ਼ ਕਰ ਰਿਹਾ, ਇਹ ਭਾਰਤ ਦੀ ਤਸਵੀਰ ਨਹੀਂ ਪੇਸ਼ ਕਰਦੇ ਪਏ, ਇਹ ਸੱਤਾ ਦੀ ਤਸਵੀਰ ਪੇਸ਼ ਕਰਦੇ ਹੈ। ਇਹਨਾਂ ਨੂੰ ਸਿਰਫ ਸੱਤਾ ਦਾ ਲਾਲਚ ਹੈ ਔਰ ਇਹਨਾਂ ਨੂੰ ਇਹ ਹੈ ਵੀ ਜਿੰਨੇ ਦਿਨ ਅਸੀਂ ਬੈਠੇ ਬੈਠੇ ਰਹੀਏ, ਜੋ ਅਸੀਂ ਕਰ ਸਕਦੇ ਹਾਂ ਉਲਟਾ ਸਿੱਧਾ, ਜੋ ਅਸੀਂ ਦੌਲਤ ਜਮ੍ਹਾਂ ਕਰ ਸਕਦੇ ਕਰਦੇ ਰਹੀਏ, ਲੇਕਿਨ ਅਸੀਂ ਆਉਣ ਵਾਲੇ ਭਾਰਤ ਤੋਂ ਪੁਰ ਉਮੀਦ ਆ। ਲੋਕ ਮਹਿੰਗਾਈ ਨਾਲ ਮਰ ਰਹੇ ਹੈ, ਲੋਕ ਗਰੀਬੀ ਦੇ ਨਾਲ ਮਰ ਰਹੇ ਹੈ, ਲੋਕ ਨੌਕਰੀਆਂ ਦੀ ਤਲਾਸ਼ ਦੇ ਵਿੱਚ ਪਰੇਸ਼ਾਨ ਨੇ, ਲੋਕਾਂ ਦੇ ਘਰ ਖਰਾਬ ਨੇ। ਆਉਣ ਵਾਲਾ ਭਾਰਤ ਬਦਲਾਓ ਲੈ ਕੇ ਆਏਗਾ ਔਰ ਇਨਸ਼ਾਅੱਲਾ ਤਾਲਾ ਇੱਕ ਅੱਛਾ ਭਾਰਤ ਜਿਹੜੀ ਤਸਵੀਰ ਆਏਗੀ। ਸਰ, ਮੈਂ ਸ਼ੁਰੂਆਤ 'ਚ ਕਿਹਾ ਸੀ ਅਸੀਂ ਉਹ ਤਸਵੀਰਾਂ ਨਹੀਂ ਦੇਖੀਆਂ, ਪਰ 1 ਅਕਤੂਬਰ ਨੂੰ ਜਿਹੜਾ ਪ੍ਰੋਟੈਸਟ ਬੰਗਲਾਦੇਸ਼ 'ਚ ਹੁੰਦਾ, ਜਿਹਦੇ 'ਚ ਕਿਹਾ ਜਾਂਦਾ, ਜਿਹਦੇ ਹੱਥਾਂ ਹੀ ਬੋਰਡ ਫੜੇ ਹੁੰਦੇ ਨੇ ਵੀ ਸਾਡੇ ਮੰਦਰਾਂ ਨੂੰ ਨਾ ਤੋੜੋ, ਸਾਡੇ ਘਰਾਂ ਨੂੰ ਨਾ ਤੋੜੋ, ਉਹ ਜ਼ਰੂਰ ਦਿਖਾਇਆ ਜਾਂਦਾ, ਪਰ ਉੱਥੇ ਦੇ ਲੋਕ ਵੀ ਇਸ ਕਰਕੇ ਪਰੇਸ਼ਾਨ ਹੀ ਹੋਣਗੇ ਕਿਉਂਕਿ ਉਹਨਾਂ ਦੇ ਮੰਦਰ ਵੀ ਉੱਥੇ ਟੁੱਟੇ ਨੇ। ਜਿਹੜੇ ਨੈਸ਼ਨਲ ਮੀਡੀਆ ਵਾਲੇ, ਇਹਨਾਂ ਨੂੰ ਕਹੋ ਵੀ ਉਹ ਜਿਹੜਾ ਉਹਨਾਂ ਨੇ ਪ੍ਰੋਟੈਸਟ ਕੀਤਾ ਨਾ, ਉਹਨੂੰ ਜ਼ਰਾ ਉਹਨੂੰ ਵੀ ਤਾਂ ਡੀਕੋਡ ਕਰਨ। ਉਸ ਪ੍ਰੋਟੈਸਟ 'ਚ ਹਿੰਦੂ ਭਰਾਵਾਂ ਦੇ ਨਾਲ ਲੱਖਾਂ ਮੁਸਲਮਾਨ ਮੌਜੂਦ ਹੈ, ਜਿਹੜੇ ਬਾਰ ਬਾਰ ਕਹਿ ਰਹੇ ਕਿ ਰਾਸ਼ਟਰ ਦਾ ਕੋਈ ਧਰਮ ਨਹੀਂ ਹੁੰਦਾ। ਉਹ ਬੰਗਾਲੀ ਸੁਣ ਤਾਂ ਲਓ ਕਹਿੰਦੇ ਕੀ ਹੈ। ਮੈਂ ਬਕਾਇਦਾ ਰਾਤ ਕਈ ਬੰਗਾਲੀਆਂ ਨੂੰ ਭੇਜੀ ਵੀਡੀਓ, ਮੈਂ ਕਿਹਾ ਦੱਸੋ ਇਹ ਨਾਅਰੇ ਕੀ ਲਾਉਂਦੇ ਪਏ ਹੈ, ਇਹ ਮੁਸਲਮਾਨ ਐਡਾ ਵੱਡਾ ਜਲੂਸ ਕਾਹਤੇ ਕੱਢਦੇ। ਉਹ ਕਹਿੰਦੇ ਨਾਅਰੇ ਲਾ ਰਹੇ ਕਿ ਕੋਈ ਵੀ ਬੰਦਾ ਕਿਸੇ ਧਰਮ ਦੇ ਖਿਲਾਫ਼ ਨਹੀਂ ਚੱਲ ਸਕਦਾ, ਕਿ ਜਿਹੜੇ ਦਾੜੀਆਂ ਵਾਲੇ ਅਗਰ ਕਿਸੇ ਮੰਦਿਰ ਦੇ ਉੱਤੇ ਹਮਲਾ ਕਰਨਗੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਰਾਸ਼ਟਰ ਦਾ ਧਰਮ ਜਿਹੜਾ ਉਹ ਕੋਈ ਨਹੀਂ ਹੁੰਦਾ, ਰਾਸ਼ਟਰ ਦਾ ਧਰਮ ਇਨਸਾਫ਼ ਹੁੰਦਾ। ਹੈਰਤ ਦੀ ਗੱਲ ਹੈ ਕਿ ਜਿਸ ਬੰਗਲਾਦੇਸ਼ ਨੂੰ ਅਸੀਂ ਬਣਾਇਆ ਉਹ ਸਾਨੂੰ ਅੱਜ ਕੌਮੀ ਏਕਤਾ ਦਾ ਪੈਗਾਮ ਦੇ ਰਿਹਾ, ਉਹ ਉਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕਰ ਰਿਹਾ ਜਿਹਨਾਂ ਨੇ ਮੰਦਿਰਾਂ 'ਤੇ ਹਮਲਾ ਕੀਤਾ। ਅਤੇ ਇਹ ਦੇਸ਼ ਜਿਹਨੇ ਬੰਗਲਾਦੇਸ਼ ਦੀ ਨੀਂਹ ਰੱਖੀ, ਜਿਹਨੇ ਬੰਗਲਾਦੇਸ਼ ਨੂੰ ਇਹ ਦੱਸਿਆ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨਿਭਾਉਣ ਵਾਲਾ ਦੇਸ਼ ਹੈ, ਇਹ ਮਸਜਿਦਾਂ 'ਤੇ ਆਪ ਖੜ੍ਹ ਕੇ ਹਮਲਾ ਕਰਾ ਰਹੇ, ਇਹਨਾਂ ਨੂੰ ਸ਼ਰਮ ਕੇ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਦੇ ਨਾਲ। ਓਕੇ ਜੀ, ਧੰਨਵਾਦ। ਜਿਵੇਂ ਕਿ ਅਸੀਂ ਸ਼ਾਹੀ ਇਮਾਮ ਪੰਜਾਬ ਉਸਮਾਨ ਰਹਿਮਾਨ ਨੇ ਲੁਧਿਆਣੇ ਜੀ ਨਾਲ ਗੱਲਬਾਤ ਕਰਕੇ ਹਟੇ ਹਾਂ, ਸੋ ਇਸ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਕਮਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।